ਖਬਰ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਅੱਜ ਸਕੂਲ ਲੱਗਣੇ ਸੀ ਠੰਡ ਦੀਆਂ ਛੁੱਟੀਆਂ ਤੋਂ ਬਾਅਦ ਪਰ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਕੜਾਕੇ ਦੀ ਠੰਡ ਹਾਲੇ ਲਗਾਤਾਰ ਜਾਰੀ ਹੈ ਇਸ ਕਰਕੇ ਛੁੱਟੀਆਂ 8 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲ 9 ਜਨਵਰੀ ਨੂੰ ਲੱਗਣਗੇ ਪਹਿਲਾਂ ਛੁੱਟੀਆਂ 25 ਦਸੰਬਰ ਤੋਂ 1 ਜਨਵਰੀ ਤੱਕ ਕੀਤੀਆਂ ਗਈਆਂ ਸੀ ਪਰ ਹੁਣ ਮੌਸਮ ਖਰਾਬ ਹੋਣ ਦੇ ਮੱਦੇਨਜ਼ਰ ਛੁੱਟੀਆਂ 8 ਤੱਕ ਵਧਾ ਦਿੱਤੀਆਂ ਗਈਆਂ ਨੇ ਹੁਣ ਮੌਸਮ ਦੀ ਗੱਲ ਕਰ ਲਈਏ ਤਾਂ ਮੌਸਮ ਵਿਭਾਗ ਨੇ ਭਵਿੱਖवाणी ਕਰ ਦਿੱਤੀ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਵੀ ਠੰਡ ਤੋਂ ਕੋਈ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਐਤਕੀ ਪਿਛਲੇ ਸਾਲ ਦੇ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਯਾਨੀ ਕਿ ਆਮ ਜਿਵੇਂ ਜਨਵਰੀ ਮਹੀਨੇ ਦੇ ਵਿੱਚ ਮੀਂਹ ਪੈਂਦਾ ਹੁੰਦਾ ਹੈ ਜਾਂ ਫਿਰ ਠੰਡ ਦੇ ਵਿੱਚ ਜਿਹੜਾ ਮੀਂਹ ਪੈਂਦਾ ਹੁੰਦਾ ਹੈ ਉਹ ਘੱਟ ਪੈਣ ਦੀ ਸੰਭਾਵਨਾ ਹੈ। ਜਨਵਰੀ ਮਹੀਨੇ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲਦਾਖ, ਪੂਰਬੀ ਉੱਤਰ ਪ੍ਰਦੇਸ਼, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਆਮ ਨਾਲੋਂ ਘੱਟ ਹੀ ਮੀਂਹ ਪਰ ਇਹ ਮੀ ਫਸਲਾਂ ਦੇ ਲਈ ਕਾਫੀ ਲਾਹੇਵੰਦ ਸਾਬਤ ਹੁੰਦਾ ਹੈ ਜਨਵਰੀ ਦਸੰਬਰ ਦੇ ਵਿੱਚ ਪਿਆ ਮੀ ਹਾੜੀ ਦੀਆਂ ਫਸਲਾਂ ਦੇ ਲਈ ਦੇਸੀ ਕਿਉ ਵਰਗਾ ਕੰਮ ਕਰਦਾ ਹੁੰਦਾ ਪਰ ਐਤ ਕੀ ਮੀ ਨਾ ਪੈਣ ਕਰਕੇ ਸੀਤ ਲਹਿਰਹੀ ਚੱਲ ਰਹੀ ਹੈ ਇਸ ਕਰਕੇ ਹਲੇ ਕਣਕ ਨੂੰ ਤਾਂ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਹਾੜੀ ਦੀਆਂ ਜੜੀਆਂ ਹੋਰ ਫਸਲਾਂ ਸਰੋਂ ਰਾয়া ਤੇ ਹੋਰ ਫਲੀਦਾਰ ਫਸਲਾਂ ਹੁੰਦੀਆਂ ਨੇ ਜਾਂ ਫਿਰ ਚੌੜੇ ਪੱਤੇ ਵਾਲੀਆਂ ਸਬਜ਼ੀਆਂ ਉਹਨਾਂ ਦਾ ਨੁਕਸਾਨ ਇਸ ਸੁੱਕੀ ਠੰਡ ਕਰਕੇ ਜ਼ਰੂਰ ਹੋਣ ਲੱਗਿਆ ਮੌਸਮ ਵਿਭਾਗ ਨੇ ਕੱਲ ਨੂੰ ਯਾਨੀ ਕਿ 3 ਜਨਵਰੀ ਨੂੰ ਅਸਮਾਨ ਤੇ ਬੱਦਲ ਛਾਈ ਰਹਿਣ ਦੇ ਨਾਲ-ਨਾਲ 2 ਤੋਂ 5 ਜਨਵਰੀ ਤੱਕ ਹਲਕੀ ਅਤੇ ਕੁਝ ਥਾਵਾਂ ਤੇ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਕੱਲ ਨਵੇਂ ਸਾਲ ਦੇ ਪਹਿਲੇ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸੰਗਤ ਐਨੀ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ਕਿ ਕਿਤੇ ਵੀ ਤਿਲ ਸੁਟਣ ਨੂੰ ਥਾਂ ਨਹੀਂ ਬਚੀ ਸੀ ਮੱਥਾ ਟੇਕਣ ਦੇ ਲਈ ਹਰੇਕ ਨੂੰ ਤਿੰਨ-ਤਿੰਨ ਘੰਟੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ ਜਿੱਥੇ ਵੱਡੀ ਗਿਣਤੀ ਵਿੱਚ ਆਮ ਸੰਗਤਾਂ ਇੱਥੇ ਪਹੁੰਚੀਆਂ ਹਰ ਧਰਮਾਂ ਦੇ ਲੋਕ ਪਹੁੰਚੇ ਉੱਥੇ ਹੀ ਪੰਜਾਬ ਦੇ ਕਈ ਵੱਡੇ ਲੀਡਰ ਵੀ ਨਵੇਂ ਸਾਲ ਦੇ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਮੇਤ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਕਾਲੇਦਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਨੂੰ ਵੀ ਇੱਥੇ ਦੇਖਿਆ ਗਿਆ ਸੰਗਤ ਨੈ ਪਰ ਕਰਮਾਂ ਦੇ ਵਿੱਚ ਬੈਠ ਕੇ ਸਾਰੀ ਰਾਤ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਤੇ ਲੰਗਰ ਵੀ ਪੂਰੀ ਰਾਤ ਚੱਲਦੇ ਰਹੇ ਤੇ ਕੱਲ ਦਾ ਦਿਨ ਕਈ ਦਰਦਨਾਕ ਘਟਨਾਵਾਂ ਦਾ ਵੀ ਗਵਾਹ ਬਣਿਆ ਹੈ ਇੱਕ ਵੱਡੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਜਲੰਧਰ ਪਠਾਨਕੋਟ ਕੌਮੀ ਮਾਰਗ ਤੇ ਪਿੰਡ ਬਿਆਸ ਦੇ ਨੇੜੇ ਤੇਜ਼ ਰਫ਼ਤਾਰ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਦੇ ਵਿੱਚ ਕਾਲਜ ਦੇ ਵਿੱਚ ਪੜਦੇ ਚਾਰ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ ਦੁਪਹਿਰ 1.5 ਵਜੇ ਦੇ ਕਰੀਬ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਬਿਆਸ ਨੇੜਲੇ ਪਟ ਕੋਲ ਪਹੁੰਚਣ ਤੇ ਇੱਕ ਕਾਰ ਵਿਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਜਾ ਰਹੇ ਟਰੱਕ ਨਾਲ ਟਕਰਾ ਗਈ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਕਾਰ ਸਵਾਰ ਦੋ ਵਿਦਿਆਰਥੀਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋਨੋਂ ਹਸਪਤਾਲ ਦੇ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਇਹ ਸਾਰੇ ਵਿਦਿਆਰਥੀ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਕਾਲਜ ਆਫ ਵੈਟਰਨਰੀ ਸਾਇੰਸ ਰਾਮਪੁਰਾ ਫੂਲ ਬਠਿੰਡਾ ਦੇ ਵਿੱਚ ਪੜ੍ਹਦੇ ਸਨ ਪੰਜਾਬ ਤੇ ਹਰਿਆਣਾ ਸੂਬਿਆਂ ਦੇ ਦਰਮਿਆਨ ਵਿਵਾਦਿਤ ਐਸਵਾਈਐਲ ਨਹਿਰ ਦੀ ਗੱਲ ਕਰ ਲਈਏ ਤਾਂ ਵੱਡੀ ਅਪਡੇਟ ਮਿਲੀ ਹੈ ਕਿ ਸੈਂਟਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਸ ਮੁੱਦੇ ਤੇ ਸੱਦ ਲਿਆ ਹੈ ਕੇਂਦਰ ਸਰਕਾਰ ਨੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਸਤਲੁਜ-ਜਮਨਾ ਲਿੰਕ ਨਹਿਰ ਤੇ ਮੀਟਿੰਗ ਬੁਲਾਈ ਹੈ ਇਹ ਮੀਟਿੰਗ 4 ਜਨਵਰੀ ਨੂੰ ਦਿੱਲੀ ਦੇ ਵਿੱਚ ਸ਼ੁਰੂ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਸ ਮੁਲਾਕਾਤ ਦੇ ਵਿੱਚ ਮੀਟਿੰਗ ਦੇ ਵਿੱਚ ਪਹੁੰਚਣਗੇ ਅਤੇ ਕੇਂਦਰ ਸਰਕਾਰ ਨੇ ਦੋਵੇਂ ਸੂਬਿਆਂ ਦੇ ਵਿਚਾਲੇ ਹੁਣ ਗੱਲਬਾਤ ਦਾ ਦੌਰ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਕੇਂਦਰੀ ਜਲ ਸ਼ਕਤੀ ਮੰਤਰੀ ਜਿੰਦ ਸਿੰਘ ਸ਼ਿਖਾਵਤ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਪਤਾ ਲੱਗਿਆ ਕਿ ਕੇਂਦਰੀ ਮੰਤਰੀ ਨੇ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਰਸਮੀ ਸੂਚਨਾ ਭੇਜ ਦਿੱਤੀ ਹੈ ਲਿਖਤੀ ਚਿੱਠੀ ਅੱਜ ਜਾਰੀ ਹੋ ਸਕਦੀ ਹੈ ਦੋਵੇਂ ਸੂਬਿਆਂ ਦੇ ਵਿਚਾਲੇ ਪਾਣੀਆਂ ਦਾ ਇਹ ਮਸਲਾ ਸੁਪਰੀਮ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈ ਤੇ ਸੁਪਰੀਮ ਕੋਰਟ ਨੇ ਸਤੰਬਰ ਮਹੀਨੇ ਦੇ ਵਿੱਚ ਲੰਘੇ ਸਾਲ 2022 ਦੇ ਵਿੱਚ ਦੋਵੇਂ ਸੂਬਿਆਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਲੱਭਣ ਦੀ ਹਦਾਇਤ ਕੀਤੀ ਸੀ ਜਿਸ ਤੋਂ ਬਾਅਦ ਦੋਵਾਂ ਮੁੱਖ ਮੰਤਰੀਆਂ ਦੀ 14 ਅਕਤੂਬਰ ਨੂੰ ਮੀਟਿੰਗ ਵੀ ਹੋਈ ਸੀ ਪਰ ਕੋਈ ਵੀ ਹੱਲ ਨਹੀਂ ਨਿਕਲਿਆ ਸੀ ਤੇ ਹੁਣ ਸੈਂਟਰ ਸਰਕਾਰ ਵਿੱਚ ਪੈ ਕੇ ਇਸ ਮਸਲੇ ਦਾ ਹੱਲ ਕਰਵਾਉਣ ਦੇ ਲਈ ਤਿਆਰ ਹੋਈ ਹੈ ਤਾਂ ਦੇਖਣਾ ਹੋਊਗਾ ਕਿ ਸੈਂਟਰ ਸਰਕਾਰ ਪੱਖਪਾਤ ਕਰਦੀ ਹੈ ਜਾਂ ਫਿਰ ਗੈਰ ਪੱਖਪਾਤੀ ਰਵਈਆ ਅਪਣਾਉਂਦੇ ਹੋਏ ਜਿਹਦਾ ਹੱਕ ਇਸ ਪਾਣੀ ਤੇ ਬਣਦਾ ਹੈ ਉਸ ਨੂੰ ਦਿੰਦੀ ਹੈ ਠੰਡ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸੁਪਰੀਮ ਕੋਰਟ ਖੁੱਲ ਰਹੀ ਹੈ ਅਤੇ ਅੱਜ ਨੋਟਬੰਦੀ ਦੇ ਮਸਲੇ ਤੇ ਸੁਪਰੀਮ ਕੋਰਟ ਅਹਿਮ ਫੈਸਲਾ ਸੁਣਾ ਸਕਦੀ ਹੈ ਮੋਦੀ ਸਰਕਾਰ ਦੇ ਵੱਲੋਂ 2016 ਦੇ ਵਿੱਚ 1000 ਰੁਪਏ ਤੇ 500 ਰੁਪਏ ਦੇ ਕਰੰਸੀ ਨੋਟ ਬੰਦ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਤੇ ਅੱਜ ਸੁਣਵਾਈ ਹੋਵੇਗੀ 1 ਜਨਵਰੀ ਦੇ ਦਿਨ ਪੰਜਾਬ ਦੇ ਇੱਕ ਪਿੰਡ ਤੋਂ ਚੰਗੀ ਖਬਰ ਵੀ ਮਿਲੀ ਹੈ ਸੰਦੌੜ ਦੇ ਪਿੰਡ ਫਰਵਾਲੀ ਦੇ ਵਿੱਚ ਪੰਚਾਇਤ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਹੈ ਪਿੰਡ ਦੀ ਪੰਚਾਇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਮੇਟੀ ਅਤੇ ਨੌਜਵਾਨ ਕਲੱਬ ਨੇ ਸਾਂਝੇ ਤੌਰ ਤੇ ਨਸ਼ਿਆਂ ਦੇ ਖਿਲਾਫ ਸਖਤੀ ਕੀਤੀ ਹੈ ਅਤੇ ਪਿੰਡ ਦੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਹੈ। ਸਰਪੰਚ ਗੁਰਮੁਖ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਰੇ ਪਿੰਡ ਵਾਸੀਆਂ ਨੇ ਸਾਂਝੇ ਤੌਰ ਤੇ ਫੈਸਲਾ ਲਿਆ ਹੈ ਕਿ ਪਿੰਡ ਵਿਚਲੀਆਂ ਦੁਕਾਨਾਂ ਤੇ 10 ਜਨਵਰੀ ਤੋਂ ਬਾਅਦ ਤੰਬਾਕੂ ਬੀੜੀ ਸਿਗਰਟਸ ਨੇ ਹੋਰ ਨਸ਼ੇ ਵੇਚਣ ਤੇ ਪੂਰਨ ਪਾਬੰਦੀ ਰਹੇਗੀ ਪਿੰਡ ਦੀ ਸੱਤ ਬਸ ਸਟੈਂਡ ਸਕੂਲ ਤੇ ਹੋਰ ਨਸਾਂ ਜੀਆਂ ਥਾਵਾਂ ਤੇ ਤੰਬਾਕੂ ਸਿਗਰਟ ਬੀੜੀ ਤੇ ਸ਼ਰਾਬ ਪੀਣ ਤੇ ਵੀ ਪਾਬੰਦੀ ਲਾਈ ਗਈ ਹੈ ਜੇ ਕੋਈ ਵੀ ਪਿੰਡ ਵਾਸੀ ਇਸ ਮਤੇ ਦੀ ਉਲੰਘਣਾ ਕਰੂਗਾ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਦੇ ਨਾਲ ਹੀ ਜੇ ਕੋਈ ਵਿਅਕਤੀ ਪਿੰਡ ਚ ਨਸ਼ੇ ਵੇਚਦਾ ਫੜਿਆ ਗਿਆ ਤਾਂ ਪੰਚਾਇਤ ਉਸ ਖਿਲਾਫ ਸਖਤ ਕਾਰਵਾਈ ਆਪਣੇ ਪੱਧਰ ਤੇ ਕਰੇਗੀ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਪਿੰਡ ਅਜਿਹੇ ਫੈਸਲੇ ਲੈ ਚੁੱਕੇ ਨੇ ਤੇ ਇਹਨਾਂ ਪਿੰਡਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ ਤੇ ਬਾਕੀ ਪਿੰਡਾਂ ਨੂੰ ਵੀ ਇਸ ਕਦਮ ਤੇ ਜ਼ਰੂਰ ਚੱਲਣਾ ਚਾਹੀਦਾ ਕਿਉਂਕਿ ਇਹ ਪਿੰਡ ਤਾਂ ਸਮਝ ਚੁੱਕੇ ਨੇ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰਾਂ ਦੀ ਆਸ ਛੱਡ ਕੇ ਹੁਣ ਆਪੇ ਹੀ ਕੁਝ ਨਾ ਕੁਝ ਕਰਨਾ ਪਊਗਾ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬਰਫੀਲੇ ਤੂਫਾਨ ਦਾ ਕਹਿਰ ਹਾਲੇ ਤੱਕ ਘਟ ਨਹੀਂ ਹੋਇਆ ਅਤੇ ਮੀਂਹ ਹੜ੍ਹਾਂ ਤੇ ਬਰਫਬਾਰੀ ਦੇ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ ਕਈ ਸੜਕਾਂ ਤੇ ਪ੍ਰਸ਼ਾਸਨ ਨੇ ਆਵਾਜਾਈ ਬੰਦ ਕਰ ਦਿੱਤੀ ਹੈ ਤੇ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ ਮੀਤੋਂ ਬਾਅਦ ਇੱਥੇ ਭਾਰੀ ਬਰਫ ਪਾਰੀ ਹੋਈ ਤੇ ਕਈ ਸ਼ਾਰਾ ਨੇ ਜਿਹੜੇ ਉਹ ਬੰਦ ਹੋ ਗਏ ਤੇ ਸੇਹਰਾ ਨਿਵਾਦਾ ਦੇ ਵਿੱਚ 2 ਫੁੱਟ ਤੱਕ ਬਰਫ ਪੈਣ ਦੀ ਚੇਤਾਵਨੀ ਹਾਲੇ ਵੀ ਜਾਰੀ ਕੀਤੀ ਗਈ ਹੈ ਹਰਿਆਣੇ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਵਾਦ ਹਾਲੇ ਤੱਕ ਵੀ ਪੱਖਿਆ ਹੋਇਆ ਸੁਪਰੀਮ ਕੋਰਟ ਦੇ ਵੱਲੋਂ ਵੱਖਰੀ ਕਮੇਟੀ ਨੂੰ ਮਾਨਤਾ ਦਿੱਤੇ ਜਾਣ ਤੋਂ ਬਾਅਦ ਵੱਖਰੀ ਕਮੇਟੀ ਬਣ ਵੀ ਚੁੱਕੀ ਹੈ ਪਰ ਇੱਥੇ ਹੁਣ ਇੱਕ ਹੋਰ ਵੱਖਰੀ ਕਮੇਟੀ ਦੀ ਮੰਗ ਉਠਣ ਲੱਗੀ ਹੈ ਕਿਉਂਕਿ ਹਰਿਆਣੇ ਦੇ ਸਿੱਖ ਲੀਡਰਾਂ ਦੀ ਆਪਸੀ ਸਹਿਮਤੀ ਇਸ ਮਸਲੇ ਤੇ ਨਹੀਂ ਬਣ ਰਹੀ ਇਸੇ ਕਰਕੇ ਹਰਿਆਣਾ ਦੇ ਸਿੱਖ ਲੀਡਰ ਜਗਦੀਸ਼ ਸਿੰਘ ਝਿੰਦਾ ਕੱਲ ਸ਼੍ਰੀ ਅਕਾਲ ਤਖਤ ਸੈ ਪਹੁੰਚੇ ਤੇ ਉਹਨਾਂ ਨੇ ਆਪਣੀ 41 ਮੈਂਬਰੀ ਕਮੇਟੀ ਦੀ ਸੂਚੀ ਸ਼੍ਰੀ ਅਕਾਲ ਤਖਤ ਸਾਹਿਬ ਸੌਂਪ ਕੇ ਅਪੀਲ ਕੀਤੀ ਹੈ ਕਿ ਉਹਨਾਂ ਦੀ ਵੱਖਰੀ ਕਮੇਟੀ ਨੂੰ ਮਾਨਤਾ ਦਿੱਤੀ ਜਾਵੇ ਕਿਉਂਕਿ ਹਰਿਆਣੇ ਦੇ ਵਿੱਚ ਸਰਕਾਰ ਦੇ ਵੱਲੋਂ ਸਹਿਯੋਗ ਪ੍ਰਾਪਤ ਜਾਂ ਫਿਰ ਸਰਕਾਰ ਦੇ ਵੱਲੋਂ ਥੋਪੀ ਗਈ ਕਮੇਟੀ ਨੂੰ ਨਹੀਂ ਮੰਨਦੇ ਹਾਲ ਹੀ ਵਿੱਚ ਹਰਿਆਣਾ ਸਰਕਾਰ ਨੇ ਇਸ ਨਵੀਂ ਕਮੇਟੀ ਦਾ ਗਠਨ ਕੀਤਾ ਹੈ ਜਿਸ ਦੇ ਨਾਲ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਜ ਦੀ ਸੰਚੀ ਦਾਸ ਮੇ ਤਾਂ ਹੋਰ ਸਿੱਖ ਲੀਡਰ ਸਹਿਮਤ ਨਹੀਂ ਹਾਲਾਂਕਿ ਇਹਨਾਂ ਲੀਡਰਾਂ ਦੀ ਆਪਸ ਦੇ ਵਿੱਚ ਵੀ ਸਹਿਮਤੀ ਨਹੀਂ ਹੈ ਪਰ ਇਹ ਸਰਕਾਰ ਦੀ ਕਮੇਟੀ ਨੂੰ ਸਾਰੇ ਹੀ ਪ੍ਰਵਾਨ ਨਹੀਂ ਕਰ ਰਹੇ ਚੀਂਦਾ ਨੇ ਦੱਸਿਆ ਕਿ ਹਰਿਆਣਾ ਦੇ ਸਿੱਖਾਂ ਨੇ ਸਰਕਾਰ ਦੇ ਵੱਲੋਂ ਬਣਾਈ ਇਸ ਕਮੇਟੀ ਨੂੰ ਰੱਦ ਕਰ ਦਿੱਤਾ ਹੈ ਤੇ ਇਸ ਨੂੰ ਆਰਐਸਐਸ ਦੀ ਕਮੇਟੀ ਦੱਸਿਆ ਹੈ ਪਾਕਿਸਤਾਨ ਦੇ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਲੋਕਾਂ ਨੇ ਕਰਾਚੀ ਲਾਹੌਰ 라ਵਲਪਿੰਡੀ ਤੇ اسلامਾਬਾਦ ਦੇ ਵਿੱਚ ਹਵਾ ਚ ਗੋਲੀਆਂ ਚਲਾਈਆਂ 22 ਜਣੇ ਜ਼ਖਮੀ ਹੋ ਗਏ ਯੂਗਾਂਡਾ ਦੇ ਵਿੱਚ ਨਵੇਂ ਬਾਰੇ ਦੇ ਜਸ਼ਨ ਮੌਕੇ ਪਗਦੜ ਮੱਚਣ ਦੇ ਕਾਰਨ 9 ਜਣਿਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਕਾਬੁਲ ਦੇ ਵਿੱਚ ਫੌਜੀ ਹਵਾਈ ਅੱਡੇ ਤੇ ਧਮਾਕਾ ਹੋਣ ਕਾਰਨ 10 ਮੌਤਾਂ ਹੋ ਗਈਆਂ ਨੇ। ਰੂਸ ਤੇ ਯੂਕਰੇਨ ਦੇ ਵਿਚਾਲੇ ਨਵੇਂ ਸਾਲ ਮੌਕੇ ਵੀ ਯੁੱਧ ਚੱਲਦਾ ਰਿਹਾ। ਦੋਵਾਂ ਨੇ ਇੱਕ ਦੂਸਰੇ ਦੇ ਟਿਕਾਣਿਆਂ ਦੇ ਉੱਤੇ ਹਮਲੇ ਨੇ ਜਿਹੜੇ ਉਹ ਜਾਰੀ ਰੱਖੇ ਅਤੇ ਦੋਵਾਂ ਮੁਲਕਾਂ ਦੇ ਰਾਸ਼ਟਰਪਤੀਆਂ ਨੇ ਆਪੋ ਆਪਣੇ ਮੁਲਕ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਿੱਤ ਦੇ ਦਾਅਵੇ ਵੀ ਠੋਕੇ। ਨਵੇਂ ਸਾਲ ਦੇ ਪਹਿਲੇ ਦਿਨ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਯੋਂਗ ਉਹਨੇ ਪਰਮਾਣੂ ਹਥਿਆਰ ਤੇਜ਼ੀ ਨਾਲ ਵਧਾਉਣ ਦੇ ਹੁਕਮ ਦੇ ਦਿੱਤੇ ਨੇ ਤੇ ਨਵੇਂ ਸਾਲ ਦੇ ਪਹਿਲੇ ਦਿਨ ਮਿਜ਼ਾਈਲ ਦੀ ਅਜ਼ਮਾਇਸ਼ ਵੀ ਕੀਤੀ ਗਈ